ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ KCDC TV ਤੇ। ਦਰਸ਼ਕੋ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਇੰਸਟੀਟਿਊਸ਼ਨਸ ਦੇ ਵਿੱਚ ਸੌਣ ਦਾ ਮਹੀਨਾ ਜਿਹੜਾ ਹੈ ਬੜਾ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਹੈ। ਸੌਣ ਦੇ ਮਹੀਨੇ ਨੂੰ ਖਾਸ ਕਰਕੇ ਕੁੜੀਆਂ ਦਾ ਮਹੀਨਾ ਕਿਹਾ ਜਾਂਦਾ ਹੈ। ਕੁੜੀਆਂ ਆਪਣੇ ਪੇਕੇ ਘਰਾਂ 'ਚ ਆਉਂਦੀਆਂ ਨੇ, ਪੀਂਘਾਂ ਪੈਂਦੀਆਂ ਨੇ ਅਤੇ ਬਹੁਤ ਸਾਰੇ ਚਾਅ ਜਿਹੜੇ ਨੇ ਪੂਰੇ ਹੁੰਦੇ ਨੇ। ਸੋ ਇਸ ਮਹੀਨੇ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਹਰ ਥਾਂ 'ਤੇ ਮਨਾਇਆ ਜਾਂਦਾ ਹੈ ਅਤੇ ਅੱਜ ਇਹ ਜਿਹੜਾ ਮਹੀਨਾ ਹੈ ਮਨਾਇਆ ਜਾ ਰਿਹਾ ਖਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ ਵਿੱਚ। ਬੱਚਿਆਂ ਨੇ, ਸਟਾਫ ਨੇ ਅਤੇ ਖਾਸ ਕਰਕੇ ਪ੍ਰਿੰਸੀਪਲ ਮੈਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਹੋਈ ਹੈ ਅਤੇ ਬੜੇ ਵਧੀਆ ਵਧੀਆ ਪੰਜਾਬੀ ਸੱਭਿਆਚਾਰ ਨੂੰ ਰੀਪ੍ਰਜੈਂਟ ਕਰਦੇ ਸਟਾਲ ਲੱਗੇ ਨੇ। ਸੋ ਚਲੋ ਵੇਖਦੇ ਹਾਂ ਇਹਨਾਂ ਦੀਆਂ ਤਿਆਰੀਆਂ ਨੂੰ। ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇੱਥੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਾਂ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇੰਨੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਨੇ ਇੰਨਾ ਅੱਛਾ ਆਪਣਾ ਟੈਲੈਂਟ ਦਾ ਐਕਸਪ੍ਰੈਸ਼ਨ ਦਿੱਤਾ। ਬਹੁਤ ਅੱਛੇ ਉਹਨਾਂ ਨੇ ਗੀਤ ਗਾਏ, ਪੰਜਾਬੀ ਫੋਕ ਗਾਇਆ ਔਰ ਪੰਜਾਬੀ ਦਾ ਜਿਹੜਾ ਸਾਡਾ ਗਿੱਧਾ ਆ ਉਹ ਨਾਚ ਨੂੰ ਪਰਫੋਰਮ ਕੀਤਾ ਔਰ ਬਹੁਤ ਅੱਛਾ ਟੀਚਰਸ ਨੇ ਕੋਆਪਰੇਟ ਕੀਤਾ ਔਰ ਖੁਦ ਸਾਡੇ ਇੱਕ ਟੀਚਰ ਜਿਹੜੇ ਰਾਜਵੀਰ ਮੈਮ ਉਹਨਾਂ ਨੇ ਆਪ ਅੱਗੇ ਆ ਕੇ ਸਟੇਜ 'ਤੇ ਪਰਫੋਰਮ ਕੀਤਾ। ਸੋ ਕੁੱਲ ਮਿਲਾ ਕੇ ਇਹ ਬਹੁਤ ਹੀ ਵਧੀਆ ਅੱਜ ਦਾ ਮਾਹੌਲ ਰਿਹਾ ਔਰ ਬੱਚਿਆਂ ਨੂੰ ਇਹ ਸੁਨੇਹਾ ਗਿਆ ਕਿ ਪੰਜਾਬ ਦਾ ਕਲਚਰ ਕਿੰਨਾ ਰਿਚ ਹੈ, ਕਿੰਨਾ ਮਹਾਨ ਹੈ, ਇਹਦੇ 'ਚ ਹਰ ਚੀਜ਼ ਨੂੰ ਸੈਲੀਬ੍ਰੇਟ ਕਰਨ ਦਾ
ਕਿੰਨਾ ਜਜ਼ਬਾ ਆ। ਸੋ ਇਹਨਾਂ ਵਿਦਿਆਰਥੀਆਂ ਨੇ ਅੱਜ ਇਹ ਸਭ ਨੂੰ ਸਿੱਧ ਕਰ ਦਿੱਤਾ ਆ ਕਿ ਕੋਈ ਵੀ ਤਿਉਹਾਰ ਹੋਵੇ ਅਸੀਂ ਪੂਰੀ ਲਾਈਫ ਦੇ ਨਾਲ ਪੂਰੇ ਜੋਸ਼ ਦੇ ਨਾਲ ਉਹਨੂੰ ਸੈਲੀਬ੍ਰੇਟ ਕਰਦੇ ਹਾਂ। ਔਰ ਮੈਂ ਚਾਹੁੰਦੀ ਹਾਂ ਕਿ ਅਸੀਂ ਅੱਗੇ ਸਾਲਾਂ ਤੋਂ ਵੀ ਇਸੇ ਤਰ੍ਹਾਂ ਕਰਦੇ ਰਹੀਏ ਔਰ ਬੱਚੇ ਇਸੇ ਜੋਸ਼ ਦੇ ਨਾਲ ਪਾਰਟੀਸਪੇਟ ਕਰਨ। ਥੈਂਕ ਯੂ ਜੀ।